2020 ਚ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਡੇਰੀ ਫਾਰਮ ਸਟਾਰਟ ਕੀਤਾ ਸੀਗਾ, ਠੀਕ ਹੈ। 2020 ਚ ਆਪਾਂ ਆਪਣੀ ਪਹਿਲੀ ਮੈਸ ਲੈ ਕੇ ਆਏ ਸੀਗੇ, ਬਾਏ ਕੀਤੇ ਸੀਗੇ, ਤੇ ਹੁਣ 2023 ਚੱਲ ਰਿਹਾ, ਜੂਨ ਦਾ ਮਹੀਨਾ ਚੱਲ ਰਿਹਾ, ਤੇ ਅੱਜ ਆਪਣੇ ਕੋਲ 100+ ਪਸ਼ੂ ਨੇ, 50+ ਮੈਸਾਂ ਨੇ ਅਤੇ 50+ ਉਹਨਾਂ ਦੇ ਕਟਰੂ ਵਗੈਰਾ ਨੇ, ਤਾਂ 100+ ਪਸ਼ੂ ਆਪਣੇ ਕੋਲ ਐਟ ਅ ਟਾਈਮ ਹੈਗੇ ਨੇ। ਅਤੇ ਇਹ ਵੀਡੀਓ 'ਚ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਆਪਣੇ ਡੇਰੀ ਫਾਰਮ ਨੂੰ ਕਿਹੜੇ ਲੈਵਲ ਤੱਕ ਲੈ ਕੇ ਜਾਣਾ ਚਾਹੁੰਦਾ, ਵੀ ਡੇਰੀ ਫਾਰਮਿੰਗ ਦੇ ਕੰਮ ਤੋਂ ਮੈਂ ਮਤਲਬ ਵੀ ਕਿਹੋ ਜਿਹਾ ਬਿਜ਼ਨਸ ਬਣਾਉਣਾ ਚਾਹੁੰਦਾ, ਕੀ ਕਰਨਾ ਚਾਹੁੰਦਾ, ਠੀਕ ਹੈ। ਤਾਂ ਹਾਲੇ ਫਿਲਹਾਲ ਨਾ ਆਪਣਾ ਮਾਡਲ ਡੇਅਰੀ ਫਾਰਮਿੰਗ ਦਾ ਸਿਰਫ ਹੈਗਾ ਦੁੱਧ ਵੇਚ ਕੇ ਆਪਾਂ ਕਮਾਉਂਦੇ ਹਾਂ, ਠੀਕ ਆ। ਆਪਣਾ ਮਤਲਬ ਵੀ 50+ ਮੈਸਾਂ ਨੇ, ਉਹ 'ਚੋਂ ਮਤਲਬ ਵੀ ਕੁਛ ਮਿਲਕਿੰਗ ਮੈਸਾਂ ਨੇ, ਕੁਛ ਗੱਬਣ ਮੈਸਾਂ ਨੇ ਜਿਹੜੀਆਂ ਹਾਲੇ ਦੁੱਧ ਨਹੀਂ ਦੇ ਰਹੀਆਂ ਹੈਗੀਆਂ, ਕੁਛ ਆਪਾਂ ਕੱਟੀਆਂ ਪਾਲਦੇ ਹਾਂ। ਤਾਂ ਐਟ ਅ ਟਾਈਮ ਇੰਨਾ ਜ਼ਿਆਦਾ ਪ੍ਰੋਫਿਟ ਨਹੀਂ ਹੈਗਾ, ਕਿਉਂਕਿ ਦੁੱਧ ਵਾਲੇ ਪਸ਼ੂ ਘੱਟ ਨੇ ਅਤੇ ਆਪਾਂ ਪਾਲਣ ਵਾਲੇ ਪਸ਼ੂ ਆਪਣੇ ਕੋਲ ਜ਼ਿਆਦਾ ਨੇ, ਠੀਕ ਆ। ਹੁਣ ਜੇ 50+ ਕੱਟੀਆਂ ਨੇ, ਉਹਨਾਂ ਨੂੰ ਪਾਲਣ 'ਚ ਖਰਚਾ ਲੱਗਦਾ, ਪਰ ਉਹਨਾਂ ਨੇ ਕੋਈ ਕਮਾਈ ਦੇਣੀ ਨਹੀਂ ਹੈਗੀ, ਤਾਂ ਹਲੇ ਥੋੜ੍ਹਾ ਜਿਹਾ ਮਤਲਬ ਵੀ ਬੋਝ ਜ਼ਿਆਦਾ ਆ। ਬਟ ਜਦ ਅੱਗੇ ਜਾ ਕੇ ਕੱਟੀਆਂ ਪਲ ਗਈਆਂ, ਵਿੱਚੇ ਰਲ ਗਈਆਂ, ਠੀਕ ਆ, ਮੈਸਾਂ ਬਣ ਗਈਆਂ, ਤਾਂ ਮੈਸਾਂ ਲੈ ਕੇ ਆਉਣ ਦਾ ਖਰਚਾ ਰੁਕ ਜੂਗਾ, ਫਿਰ ਇਹ ਕੰਮ ਬਹੁਤ ਪ੍ਰੋਫਿਟ ਦਊਗਾ ਆਪਾਂ ਨੂੰ, ਠੀਕ ਆ। ਫਿਰ ਇਹ ਕੰਮ ਦੀ ਮਤਲਬ ਵੀ ਵੈਲਿਊ ਸਮਝ ਆਊਗੀ ਵੀ ਕੱਟੀਆਂ ਪਾਲਣ ਦਾ ਕਿੰਨਾ ਫਾਇਦਾ ਹੁੰਦਾ। ਫਿਲਹਾਲ ਤਾਂ ਲੱਗਦਾ, ਬਟ ਜੇ ਤੁਸੀਂ 50 ਮੈਸਾਂ ਮੁੱਲ ਲੈ ਕੇ ਆਉਣੀਆਂ ਹੁਣ ਨਾ ਇਕੱਠੀਆਂ, ਬਹੁਤ ਔਖਾ ਲੱਗਦਾ, ਠੀਕ ਆ। 50 ਮੈਸਾਂ ਮੁੱਲ ਮਤਲਬ ਬੰਦਾ ਨਹੀਂ ਇਕੱਠੀਆਂ ਲੈ ਸਕਦਾ ਹੈਗਾ, 50-60 ਲੱਖ ਰੁਪਏ ਕਿਸੇ ਕੋਲ ਨਹੀਂ ਹੁੰਦਾ ਹੈਗਾ ਇਕੱਠਾ ਲਾਉਣ ਨੂੰ। ਬਟ ਕੱਟੀਆਂ ਪਾਲਣੀਆਂ ਬਹੁਤ ਸੌਖੀਆਂ ਨੇ, ਕਿਉਂਕਿ ਕੱਟੀਆਂ 3-4 ਸਾਲ 'ਚ ਤਿਆਰ ਹੁੰਦੀਆਂ ਨੇ, ਅਤੇ ਜਦ ਤੱਕ ਤਿਆਰ ਹੁੰਦੀਆਂ ਨੇ ਬਹੁਤ ਘੱਟ ਖਰਚੇ 'ਚ ਤਿਆਰ ਹੋ ਜਾਂਦੀਆਂ ਨੇ, ਅਤੇ ਉਹ ਖਰਚੇ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕਿਵੇਂ ਹੋ ਗਿਆ, ਠੀਕ ਆ। ਕਿਸ਼ਤਾਂ 'ਚ ਪੈਸੇ ਦੇਣੇ ਬਹੁਤ ਸੌਖੇ ਨੇ, ਬਟ ਇਕੱਠੇ ਜੇ 50 ਲੱਖ ਰੁਪਏ ਲਾਉਣਾ ਪੈ ਜਾਵੇ ਤਾਂ ਬਹੁਤ ਔਖਾ। ਤਾਂ ਐਟ ਅ ਟਾਈਮ ਆਪਾਂ ਸਿਰਫ ਦੁੱਧ ਵੇਚਦੇ ਹਾਂ, ਅਤੇ ਆਪਣਾ ਦੁੱਧ ਸ਼ਹਿਰ 'ਚ ਆਪਣੀ ਦੁਕਾਨ ਆ, ਰੈਂਟ 'ਤੇ ਦੁਕਾਨ ਲਿੱਤੀ ਹੋਈ ਆ, ਅਤੇ ਉੱਥੇ ਸਿੱਧਾ ਆਪਣਾ ਦੁੱਧ ਜਾਂਦਾ ਅਤੇ 70 ਰੁਪਏ ਕਿਲੋ ਵਿਕਦਾ ਐਟ ਅ ਟਾਈਮ, ਠੀਕ ਆ। ਆਪਾਂ ਪਿੰਡ ਦੀ ਡੈਰੀ 'ਚੋਂ ਸਟਾਰਟ ਕੀਤਾ ਸੀ, 40 ਰੁਪਏ ਕਿਲੋ ਵੇਚਣ ਤੋਂ ਸਟਾਰਟ ਕੀਤਾ ਸੀਗਾ ਆਪਾਂ ਪਿੰਡ ਦੀ ਡੈਰੀ 'ਚੋਂ, ਫਿਰ ਆਪਾਂ ਸ਼ਹਿਰ ਨਿਕਲੇ 50 ਰੁਪਏ ਨੂੰ ਕੀਤਾ, ਫਿਰ ਆਪਣੀ ਦੁਕਾਨ ਮਤਲਬ ਵੀ ਖੋਲ੍ਹੀ ਸੀਗੀ 60 ਰੁਪਏ ਕਰਤਾ ਸੀਗਾ, ਫਿਰ ਦੁਕਾਨ 'ਚ ਮਤਲਬ ਵੀ ਸਾਲ ਕੁ ਬਾਅਦ ਆਪਾਂ ਨੇ 70 ਰੁਪਏ ਕਰਤਾ ਸੀਗਾ। ਤਾਂ ਹੁਣ ਅੱਗੇ ਅੱਗੇ ਇਹ ਵੀ ਵਧਣਾ ਹੀ ਆ ਸਭ ਕੁਛ ਹੋਣਾ, ਤਾਂ ਹੁਣ ਦੁਕਾਨ ਵਾਲੀ ਸਾਈਡ 'ਤੇ ਕੀ ਕਰਨਾ, ਸਭ ਤੋਂ ਪਹਿਲਾਂ ਤਾਂ ਹੁਣ ਆਪਾਂ ਦੁੱਧ ਵੇਚ ਰਹੇ ਹਾਂ, ਹੌਲੀ ਹੌਲੀ ਇੱਧਰ ਮੈਸਾਂ ਵਧਾ ਕੇ ਨਾ ਦੁੱਧ ਵਧਾ ਕੇ ਨਾਲ ਮਿਠਾਈ ਵੀ ਬਣਾਉਣ ਲੱਗ ਜਾਣਾ, ਠੀਕ ਆ। ਮਿਠਾਈ ਮਤਲਬ ਵੀ ਸਵੀਟ ਸ਼ਾਪ ਤਿਆਰ ਕਰ ਲੈਣੀ ਆ, ਫਿਰ ਉਹਦੇ ਨਾਲ ਕੀ ਕਰਨਾ, ਦੁੱਧ ਵਾਲੀਆਂ ਚੀਜ਼ਾਂ ਤਾਂ ਹੈਗੀਆਂ ਨੇ, ਉਹ ਚੀਜ਼ਾਂ ਵੀ ਸਟਾਰਟ ਕਰ ਲੈਣੀਆਂ ਜਿਹੜੀ ਦੁੱਧ ਤੋਂ ਨਹੀਂ ਬਣਦੀਆਂ ਹੈਗੀਆਂ, ਤਾਂ ਕਿ ਆਪਾਂ ਮਤਲਬ ਵੀ ਹੋਰ ਪ੍ਰੋਫਿਟ ਕੱਢ ਸਕੀਏ ਕੰਮ ਤੋਂ। ਹੁਣ ਜੇ ਆਪਣੀ ਦੁਕਾਨ ਆ, ਰੋਜ਼ ਆਪਣੇ ਕਸਟਮਰ ਆ ਰਹੇ ਨੇ ਉੱਥੇ, ਠੀਕ ਆ, ਤਾਂ ਕਸਟਮਰ ਦਾ ਆਪਣੇ 'ਤੇ ਭਰੋਸਾ, ਕਿਉਂਕਿ ਆਪਾਂ ਬਹੁਤ ਕੁਆਲਿਟੀ ਦਾ ਪ੍ਰੋਡਕਟ ਦਿੰਦੇ ਹਾਂ, ਤਾਂ ਆਪਾਂ ਜੇ ਹੋਰ ਕੁਆਲਿਟੀ ਦਾ ਪ੍ਰੋਡਕਟ ਕੋਈ ਹੋਰ ਵੀ ਐਡ ਕਰਦੇ ਹਾਂ ਨਾ, ਉਹ ਵੀ ਕਸਟਮਰ ਧੱਕੇ ਨਾਲ ਲਊਗਾ, ਕਿਉਂਕਿ ਉਹਨੂੰ ਪਤਾ ਵੀ ਜੇ ਦੁੱਧ ਇੰਨਾ ਪਿਓਰ ਦੇ ਰਹੇ ਨੇ ਤਾਂ ਸਾਰੀਆਂ ਚੀਜ਼ਾਂ ਪਿਓਰ ਬਣਾਉਣਗੇ, ਅਤੇ ਆਪਾਂ ਬਣਾਵਾਂਗੇ ਵੀ ਪਿਓਰ, ਤਾਂ ਆਪਾਂ ਨਾਲ ਨਾਲ ਉਹ ਚੀਜ਼ਾਂ ਵੀ ਦੁਕਾਨ 'ਤੇ ਸਟਾਰਟ ਕਰ ਲਾਂਗੇ ਜਿਹੜੇ ਦੁੱਧ ਨਾਲ ਨਹੀਂ ਬਣਦੇ ਹੈਗੇ, ਜਿਵੇਂ ਸਮੋਸੇ ਹੋ ਗਏ, ਠੀਕ ਆ, ਟਿੱਕੀਆਂ, ਗੋਲ ਗੱਪੇ, ਯੇ ਵੋ, ਪ੍ਰੋਪਰ ਮਤਲਬ ਰੈਸਟੋਰੈਂਟ ਟਾਈਪ ਬਣਾ ਲਾਂਗੇ। ਤਾਂ ਉੱਧਰ ਉਹ ਲਾਈਨ 'ਚ ਜਾਣਾ, ਪਿੱਛੇ ਫਾਰਮ ਵਾਲੀ ਸਾਈਡ 'ਤੇ ਆਪਾਂ ਕੀ ਕਰਨਾ, ਹਾਲੇ ਜਿਵੇਂ ਸਿਰਫ ਦੁੱਧ ਦਾ ਕੰਮ ਆ, ਹੌਲੀ ਹੌਲੀ ਆਪਾਂ ਕੀ ਕਰਨਾ, ਜਦ ਕੱਟੀਆਂ ਆਪਣੇ ਕੋਲ ਖਾਸੀਆਂ ਹੋ ਜਾਣਗੀਆਂ ਨਾ, ਤਾਂ ਆਪਾਂ ਨੇ ਬਰੀਡਿੰਗ ਵਾਲਾ ਕੰਮ ਵੀ ਸਟਾਰਟ ਕਰ ਲੈਣਾ, ਵੀ ਕੱਟੀਆਂ ਵਧੀਆ ਨਸਲ ਦੀਆਂ ਪਾਲ ਕੇ ਤਿਆਰ ਕਰਕੇ, ਜਿਵੇਂ ਸਪੋਜ਼ ਕਰੋ ਆਪਣੇ ਕੋਲ 100 ਕੱਟੀਆਂ ਪਲ ਰਹੀਆਂ ਨੇ, ਠੀਕ ਆ, 80 ਆਪਾਂ ਆਪਣੇ ਵਾਸਤੇ ਰੱਖਾਂਗੇ, ਦੁੱਧ ਵਾਸਤੇ ਰੱਖਾਂਗੇ, ਕੰਮ ਨੂੰ ਵਧਾਉਣ ਵਾਸਤੇ, 20 ਨੂੰ ਆਪਾਂ ਵੇਚ ਦਾਂਗੇ, ਉਹ ਵੇਚ ਕੇ ਜਿਹੜੇ ਪੈਸੇ ਆਉਣਗੇ ਉਹ ਨਾਲ ਜਿਹੜੀ ਹੋਰ ਕੱਟੀਆਂ ਪਲਣਗੀਆਂ ਉਹ ਆਰਾਮ ਨਾਲ ਪਲਣਗੀਆਂ, ਤਿਆਰ ਹੋਣਗੀਆਂ, ਤਾਂ ਹੌਲੀ ਹੌਲੀ ਇਹ ਬਰੀਡਿੰਗ ਦਾ ਕੰਮ ਵੀ ਚੱਲ ਪਊਗਾ, ਵੀ ਕੱਟੀਆਂ ਤਿਆਰ ਕਰਕੇ ਵੀ ਵੇਚਣ ਲੱਗ ਜਾਂਗੇ। ਪਹਿਲਾ ਕਮਾਈ ਦਾ ਸੋਰਸ ਹੋ ਜਾਊਗਾ ਦੁੱਧ, ਦੂਜਾ ਕਮਾਈ ਦਾ ਸੋਰਸ ਹੋ ਜਾਊਗਾ ਮੈਸਾਂ ਤਿਆਰ ਕਰਕੇ ਵੇਚਣਾ, ਠੀਕ ਆ। ਤੀਜਾ ਆਪਾਂ ਕਮਾਈ ਦਾ ਸੋਰਸ ਕੀ ਲੈ ਕੇ ਆਵਾਂਗੇ, ਵੀ ਜਿਹੜੇ ਆਪਣੇ ਜਿਵੇਂ ਸਪੋਜ਼ ਕਰੋ ਆਪਣੇ ਕੋਲ 100 ਮੈਸਾਂ ਹੋ ਗਈਆਂ, ਠੀਕ ਆ, 100 'ਚੋਂ ਆਪਣੇ ਕੋਲ 20 ਮੈਸਾਂ ਐਸੀਆਂ ਨੇ ਜਿਹੜੀਆਂ ਮਤਲਬ ਵੀ 20 ਲੀਟਰ+ ਦੁੱਧ ਦਿੰਦੀਆਂ ਨੇ, ਉਹਦੇ ਚੰਗਾ ਸੀਮਨ ਦਾ AI ਕਰਵਾਵਾਂਗੇ, ਠੀਕ ਆ। ਅਤੇ 20 ਮੈਸਾਂ 'ਚੋਂ ਜੇ ਸਿਰਫ 5 ਮੈਸਾਂ ਨੇ ਵੀ ਮਤਲਬ ਵੀ ਘੱਟਾ ਦੇ ਤਾ, ਪ੍ਰੋਬੇਬਿਲਟੀ ਬਹੁਤ ਪਿਆਰੀ ਆ, ਠੀਕ ਆ, 20 'ਚੋਂ 5 ਦੀ ਪ੍ਰੋਬੇਬਿਲਟੀ ਬਹੁਤ ਆਰਾਮ ਨਾਲ ਆਉਂਦੀ ਆ, ਠੀਕ ਆ, ਘੱਟਾ ਦੇ ਤਾ, ਅਤੇ ਉਹ ਵਧੀਆ ਨਸਲ ਦਾ ਤਾਂ ਘੱਟਾ ਹੋਊਗਾ ਹੀ, ਕਿਉਂਕਿ ਮੈਂਸ ਦਾ ਦੁੱਧ ਚੰਗਾ ਸੀ, 20+ ਲੀਟਰ ਦੀ ਸੀਗੀ, 20-25 ਲੀਟਰ ਦੀ, ਠੀਕ ਆ। ਅਤੇ ਬੁੱਲ ਦਾ ਸੀਮਨ ਉਹ ਵੀ ਮਤਲਬ ਵੀ ਚੰਗੀ ਮਾਂ ਦਾ ਬੁੱਲ ਸੀਗਾ, ਅਤੇ ਉਹਦਾ ਵੀ ਵਧੀਆ ਸੀਗਾ, ਤਾਂ ਅੱਗੇ ਕੱਟਾ ਵਧੀਆ ਨਸਲ ਦਾ ਆਊਗਾ। ਤਾਂ 5 ਕੱਟਿਆਂ 'ਚੋਂ ਜੇ ਆਪਾਂ 1 ਕੱਟਾ ਵੀ ਤਿਆਰ ਕਰ ਗਏ, ਠੀਕ ਆ, ਐਨ ਵਧੀਆ ਬਣਾ ਗਏ, ਤਾਂ ਆਪਾਂ ਸਿੱਧਾ ਉਹ ਝੋਟੇ ਨੂੰ ਵੇਚ ਕੇ ਵੀ ਪੈਸੇ ਕਮਾ ਸਕਦੇ ਹਾਂ, ਕਿਉਂਕਿ 1 ਕਰੋੜਾਂ 'ਚ ਵੇਚਦਾ ਝੋਟਾ ਵੀ, ਠੀਕ ਆ, ਜੇ ਵਧੀਆ ਨਸਲ ਦਾ ਹੋਵੇ। ਜਾਂ ਆਪਾਂ ਉਹਨੂੰ ਮਤਲਬ ਵੀ ਸੀਮਨ ਵਾਸਤੇ ਵੀ ਯੂਜ਼ ਕਰ ਸਕਦੇ ਹਾਂ, ਵੀ ਉਹਦੇ ਮਤਲਬ ਵੀ ਸੀਮਨ ਮਤਲਬ ਲੈ ਕੇ ਇੰਜੈਕਸ਼ਨ 'ਚ ਪੈਕ ਕਰਕੇ ਆਪਾਂ ਉਹ ਵੇਚ ਸਕਦੇ ਹਾਂ, ਤਾਂ ਉਹ ਤੀਜਾ ਮਤਲਬ ਵੀ ਕੰਮ ਹੋ ਜੂਗਾ ਆਪਣਾ, ਠੀਕ ਆ। ਪਹਿਲਾ ਦੁੱਧ ਦਾ, ਦੂਜਾ ਮੈਸਾਂ ਤਿਆਰ ਕਰਕੇ ਵੇਚਣੀਆਂ, ਤੀਜਾ ਮਤਲਬ ਵੀ ਸੀਮਨ ਵੇਚਣਾ ਜਾਂ ਝੋਟੇ ਤਿਆਰ ਕਰਕੇ ਵੇਚਣੇ ਵਧੀਆ ਨਸਲ ਦੇ, ਠੀਕ ਆ। ਚੌਥਾ ਆਪਣਾ ਕੰਮ ਕੀ ਹੋ ਜੂਗਾ, ਆਪਾਂ ਸਾਈਲੇਜ ਵਾਲੇ ਵੱਲ ਵੀ ਚੱਲ ਜਾਂਗੇ। ਸਾਈਲੇਜ ਮਤਲਬ ਵੀ ਜਿਵੇਂ ਆਪਾਂ ਇਸ ਸਾਲ ਆਪਣਾ ਅਚਾਰ ਤਿਆਰ ਕਰਕੇ ਦੇਖਾਂਗੇ, ਫਿਰ ਹੌਲੀ ਹੌਲੀ 1-2 ਸਾਲ ਆਪਦਾ ਤਿਆਰ ਕਰਾਂਗੇ, ਫਿਰ ਜਦ ਐਕਸਪੀਰੀਅੰਸ ਆ ਗਿਆ, ਸਭ ਕੁਛ ਆ ਗਿਆ, ਫਿਰ ਆਪਾਂ ਹੋਰ ਤਿਆਰ ਕਰਨ ਲੱਗ ਜਾਂਗੇ,
फिर उस तो बाद आप करेंगे खाल तो दाने वाला काम, ठीक है भी जी खाल आप बाहरों लैनी बंद कर देंगे, आप बड़े में लेके आया करा आप मतलब भी उन्होंने क्ड के तेल क्ड के आप तैयार करके पहले अपने वास्ते यूज़ करा, फिर दाना अपने वास्ते तैयार करके यूज़ करा, फिर उस तो बाद एक्सपीरियंस आ गया वधिया रिजल्ट आने लगे सब कुछ आने लगे फिर बाहर लोगों को बेचन लग जाएंगे, ठीक है। तो यह एक कम हो गया, उस तो बाद वर्मी कंपोस्ट का कम हो गया भी जेडे वर्मी कंपोस्ट आ जिमें केचुआ खाद आ हले आप तैयार कर दें सिर्फ अपने खेतों में पाने वास्ते क्योंकि क्वानटिटी थोड़ी आ अपन अपने खेतों से मतलब भी सारी यूज़ हो जाती है। तो जब हौली हौली पशु वध गए गोहा वध गया तो हौली हौली केचुआ खाद भी वधन लग जूगी वह भी मतलब भी काफ़ी होन लग जूगी फिर उन्होंने भी पैकेजिंग करके बाहर बेचा करा। तो ये काफ़ी काम निकल के आते हैं चो उ तो बाद मतलब भी डेयरी फार्म में कितने तक लैके जाना किन्ने पशु तक करने ने मेरे ना दिमाग से नंबर नहीं है ना मेरे दिमाग से कोई नंबर आ ना फादर साहब के दिमाग से कोई नंबर आ ना असी कोई कोई नंबर सोचे साडा बस यही टारगेट आ भी सारी उम्र काम करना सारी उम्र काम बधाना, ठीक है भी ए नहीं है भी 100 पशु तक पहुँचना या 100 मैसा तक पहुँचना या 500 तक पहुँचना या 1000 तक पहुँचना सारी उम्र काम में बधाई जाना काम में रोक के नहीं रखना है क्योंकि एक लैवल आता, ठीक है वह लैवल तो बाद पैसे की लड़ नहीं पैंती हैगी। तो जब तुम वह लैवल क्रॉस कर गए ना फिर कम जिन्ना मर्जी बढ़ा लो थोड़ी इच्छा फिर तुम पैसे वास्ते कम नहीं करते फिर तुम शौक वास्ते कम करते हो। तो दिमाग कोई नंबर नहीं है सारी उम्र डेयरी फार्म बड़ा करा तो जिथे तक पहुँचे पशु उत्थे तक जाएंगे खुला जान देवे सू भी नहीं है कोई बस इन्नी जगह से शैड बनाने ने भी बस इन्नी की जगह अपने को जगह घटूगी होर जगह च बना लेंगे होर जगह अगे ले लेंगे कर लेंगे तो यह काम में कभी रोकना नहीं है। तो दिमाग च कोई गिणती नहीं हैगी इन मैसा तक अपने जाना, ठीक है। तो यह काम को बहुत बड़े लैवल से लैके जाना वो तो बाद फार्म इन्ना क ऑटोमैटिक करना ना भी मैसा खुलियां भी रहन, ठीक है प्रॉपर उन्हां वास्ते नहाने वास्ते एक पूल वगैरह होवे टोबा टाइप होवे जिथे वो नहाण भी इन्नी सोहनी लाइफ देनी है ना अपने मतलब पशुओं नूं जिहड़े कटरू ने वह बन के ना रहन खुले रहन उन्हां वास्ते अड पूल होवे खुला चरन वास्ते जगह होवे होर होवे मतलब मेरी डेयरी फार्मिंग तो यह सोच है भी ये होना चाहिए पशु नूं भी यार जे पशु की जिंदगी मिले ना मैस की जिंदगी मिले तो वो रब तो मंगे भी यार वो फार्म च भेज दो मेरी जिंदगी वधिया हो जूगी, ठीक है भी इन्नी सोहनी लाइफ देनी है हले ना थोड़े पैसे की कंसट्रेंट होंगी है भी जी तो हले भी करता बहुत भी खुला बाड़ा करिए, ठीक है खुला इन्हों स्विमिंग पूल लैके बना के दईए नहाँ कर मतलब भी होर चीज़ा हो बट वो ना हले स्टार्टिंग सब कुछ नहीं हो सकता 2020 अपन ने काम स्टार्ट किया हले 2023 होया, ठीक है 0 to 50 मैसा तक पहुँच के बहुत बड़ी गल आ तो हौली हौली सब कुछ हो जूगा पूल भी बन जूगा खुला चरण वास्ते जगह भी हो जूगी होर चीज़ा भी हो जाएगियाँ मतलब मेरा यही है भी डेयरी फार्म पूरा ऑटोमैटिक भी वैदर कंट्रोल शैड हो जिन्ना कि इन्हों की बॉडी में टैंपरेचर चाहिए उन्ना कि टैंपरेचर शैड च मेनटेन हों प्रॉपर थर्मामीटर वगैरह लगे हो जो टैंपरेचर ज़्यादा होंगे हो उन्होंने घट कर ले घट हों थोड़ा ज़्यादा कर ले भी प्रॉपर ऑटोमैटिक सिस्टम होने चाहिए ने प्रॉपर मशीनरी होनी चाहिए धारा कढ़ने वास्ते प्रॉपर मशीन होनी चाहिए ने होर होना चाहिए। तो बहुत बड़े लैवल से लैके जाना चाहते हैं आप डेयरी फार्म नू नाल आप खेती करना चाहते हैं ऑरगैनिक, ठीक है। तो हुण जिवें अपने फॉलोअर्स हैगे ने 157,000 अपने इंस्टाग्राम से फॉलोअर हो गया एट अ टाइम जे तुहानू नहीं पता इंस्टाग्राम से किहड़ा पेज है तो गरेवाल फार्म 2020 गरेवाल फार्म 2020 के नाम तो पेज है तो उत्थे हो गए। तो हुण आपां ऑरगैनिक खेती कर सकते हैं जब अपने कोल ना भी हले अपना डेयरी फार्म ना खेती की कमाई तो चलता, ठीक है डेयरी फार्म की कमाई ना आप खेती कैश की करने की कोशिश करते हैं तो जी 6 महीने बाद खेती की कमाई आती है वह ना डेयरी फार्म बड़ा करते हैं। जब डेयरी फार्म अपने पैरों सिर हो गया जब इन खेती की कमाई की लड़ नहीं पई हैगी या नहीं पैंती हैगी फिर आप कमर्शियल क्रॉप तो दूजे पासे आ सकते हैं ऑरगैनिक वाल आ सकते हैं। तो ऑरगैनिक करने वाला नुकसान यह होंगे भी मार्केट नहीं होंगी हैगी अपना समान बिकता नहीं है पर जिमें अपने मतलब भी इंस्टाग्राम से चंगे फॉलोअर्स ने यूट्यूब से चंगे सबसक्राइबर ने तो हूँ आप कर सकते हैं खेती आप सिर्फ अपना एक पोस्ट पाना भी आप ऑरगैनिक फसल की है जो तुम लैनी है इतने जाके क्लिक करके ऑर्डर कर सकते हैं तो हथों हथी बिकूगी तो वह भी प्लैनिंग हैगी खेती भी मतलब भी बहुत सस्टेनेबल खेती करनी है भी वधिया जिहड़ा रेन वाटर आ उहनूं यूज़ करना जिहड़ा अपना धरती का पानी आ बोरां का पानी आ उहनूं यूज़ करना बंद करना स्प्रिंकलर सिस्टम लाने ने होर लाने ने बाहर की टैक्नीक लैके आनी है जिहड़ी बाहरली कंट्रीज वधिया खेती करदियां ने उत्थे जाके विजिट करके देखना किवें आ किवें नहीं वो टैक्नीक्स इंडिया च लैके आनियां ने फिर अपनी खेती च अप्लाई करनियां ने। तो विजन बहुत बड़ा अपना, ठीक है भी आपां कैंड काम करना चाहते हैं पर
ਉਹੀ ਆਉਂਦਾ ਵੀ ਹੌਲੀ ਹੌਲੀ ਸਭ ਕੁਛ ਹੋਊਗਾ, ਐਟ ਅ ਟਾਈਮ ਸਭ ਕੁਛ ਨਹੀਂ ਹੁੰਦਾ ਹੈਗਾ। ਸੋਚ ਬਹੁਤ ਬੜੀ ਹੋਣੀ ਚਾਹੀਦੀ ਆ, ਸਟਾਰਟਿੰਗ ਬਹੁਤ ਛੋਟੀ ਹੋਣੀ ਚਾਹੀਦੀ ਆ, ਅਤੇ ਸਾਰੀ ਉਮਰ ਗਰੋ ਕਰਦੇ ਚਲੀ ਜਾਓ, ਠੀਕ ਆ। ਕਦੇ ਨਾ ਇਹ ਨਾ ਸੋਚੋ ਵੀ ਹੁਣ ਮੇਰੇ ਕੋਲ ਬਹੁਤ ਪੈਸਾ ਆ ਗਿਆ, ਹੁਣ ਮੈਨੂੰ ਹੋਰ ਕੰਮ ਕਰਨ ਦੀ ਲੋੜ ਨਹੀਂ ਹੈਗੀ। ਜਦ ਪੈਸਾ ਹੈਗਾ ਕੰਮ ਨੂੰ ਆਟੋਮੈਟਿਕ ਕਰ ਦਿਉ, ਠੀਕ ਆ। ਜਾਂ ਤੁਸੀਂ ਨਾ ਤਾਂ 100 ਪਸ਼ੂ ਸਾਂਭਣੇ, ਤੁਹਾਡੇ ਕੋਲ ਸਾਰੀ ਟੀਮ ਹੈਗੀ ਆ, ਬੰਦੇ ਹੈਗੇ, ਸਭ ਕੁਛ ਹੈਗੇ ਨੇ, ਤਾਂ 100 ਪਸ਼ੂਆਂ 'ਤੇ ਕਿਉਂ ਰੱਖਣਾ? 500 ਕਰੋ, 1000 ਕਰੋ, 10000 ਕਰੋ, ਤੁਹਾਡੀ ਇੱਛਾ, ਜਿੱਥੇ ਮਰਜ਼ੀ ਤੱਕ ਜਾਣ ਦਿਉ। ਆਪਣੇ ਆਪ ਨੂੰ ਜਾ ਕੇ ਉੱਥੇ ਕਿਉਂ ਲਿਮਿਟ ਕਰਨਾ ਵੀ ਬਸ ਇੰਨਾ ਕੀ ਕੰਮ ਕਰਨਾ? ਤਾਂ ਆਪਣਾ ਮਤਲਬ ਵੀ ਵਿਜ਼ਨ ਇਹੀ ਆ, ਡੇਅਰੀ ਫਾਰਮਿੰਗ ਤੋਂ 7-8 ਬਿਜ਼ਨਸ ਖੜ੍ਹੇ ਕਰਨੇ ਨੇ, ਖੇਤੀ ਨੂੰ ਵਧੀਆ ਲੈਵਲ 'ਤੇ ਲੈ ਕੇ ਜਾਣਾ, ਖੇਤੀ ਨੂੰ ਵਧੀਆ ਔਰਗੈਨਿਕ ਕਰਨਾ, ਉਹਦੇ ਤੋਂ ਕਮਾਈ ਕਰਨੀ ਆ, ਫਿਰ ਦੁਕਾਨਾਂ ਵਾਲੀ ਸਾਈਡ 'ਤੇ ਵਧੀਆ ਕਮਾਈ ਕਰਨੀ ਆ, ਵੀ ਆਪਣੀ ਪ੍ਰੋਪਰ ਰੈਸਟੋਰੈਂਟ ਟਾਈਪਸ ਹੋਣ। ਫਿਰ ਜਦ ਇੱਕ ਦੁਕਾਨ ਆਪਾਂ ਨੂੰ ਪੂਰੀ ਚਲਾਉਣੀ ਆ ਗਈ, ਵੀ ਇਹ ਕੋਈ ਸਮਾਨ ਚਾਹੀਦਾ, ਐਂ ਚੱਲਦੀ ਆ, ਫਿਰ ਉਹ ਦੁਕਾਨਾਂ ਵਾਲੇ ਮਾਡਲ ਨੂੰ ਆਪਾਂ ਮਤਲਬ ਵੀ ਵਧਾਈ ਜਾਵਾਂਗੇ, ਰੈਪਲੀਕੇਟ ਕਰੀ ਜਾਵਾਂਗੇ, ਵੀ ਜੇ ਇੱਕ ਦੁਕਾਨ ਚਲਾਉਣੀ ਆ ਗਈ ਤਾਂ ਦੂਜੀ ਵੀ ਆਪਾਂ ਚਲਾ ਸਕਦੇ ਹਾਂ, ਦੂਜੀ ਆ ਗਈ ਤਾਂ ਤੀਜੀ ਵੀ ਚਲਾ ਸਕਦੇ ਹਾਂ, ਤਾਂ ਐਂ ਆਪਾਂ ਚੱਲਾਂਗੇ ਥੋੜ੍ਹਾ। ਉਹਦੇ ਨਾਲ ਮੇਰਾ ਥੋੜ੍ਹਾ ਇੰਟਰਸਟ ਬਿਜ਼ਨਸ 'ਚ, ਮਤਲਬ ਫਿਟਨੈਸ ਵਗੈਰਾ 'ਚ, ਤਾਂ ਮੈਂ ਥੋੜ੍ਹਾ ਇਸ ਸਾਈਡ 'ਚ ਵੀ ਕਰੂੰਗਾ, ਵੀ ਸਪਲੀਮੈਂਟ ਵਾਲੀ ਸਾਈਡ, ਕਿਉਂਕਿ ਜਿਹੜਾ ਆਪਣਾ ਪਨੀਰ ਦਾ ਪਾਣੀ ਹੁੰਦਾ ਜਿਹੜਾ ਬਚਦਾ ਪਿੱਛੇ, ਠੀਕ ਆ, ਉਹਨੂੰ ਜਦ ਆਪਾਂ ਉਹ ਕਰਦੇ ਨਾ ਸੁਕਾਉਂਦੇ ਹਾਂ, ਉਹ 'ਚ ਇੱਕ ਪਾਊਡਰ ਨਿਕਲ ਕੇ ਆਉਂਦਾ, ਉਹ ਪਾਊਡਰ ਹੁੰਦਾ ਵੇ ਪ੍ਰੋਟੀਨ, ਠੀਕ ਆ। ਤਾਂ ਜੇ ਆਪਾਂ ਪਨੀਰ ਵਗੈਰਾ ਬਣਾਵਾਂਗੇ, ਸਭ ਕੁਛ ਕਰਾਂਗੇ, ਤਾਂ ਉਹ ਪਾਣੀ ਨੂੰ ਡੋਲਣਾ ਕਿਉਂ ਆ, ਤਾਂ ਉਹ ਤੋਂ ਵੇ ਪ੍ਰੋਟੀਨ ਬਣਾ ਕੇ ਵੇਚਿਆ ਕਰਾਂਗੇ, ਤਾਂ ਫਿਟਨੈਸ ਵਾਲੀ ਸਾਈਡ 'ਚ ਵੀ ਆਪਾਂ ਕੰਪਨੀ ਸਟਾਰਟ ਕਰ ਸਕਦੇ ਹਾਂ, ਜਿਮਸ ਵਗੈਰਾ ਵੀ ਬਣਾ ਸਕਦੇ ਹਾਂ, ਹੋਰ ਵੀ ਜਿਵੇਂ ਜਿਵੇਂ ਪੈਸਾ ਆਉਂਦਾ ਜਾਊਗਾ ਨਾ, ਜਿੱਥੇ ਜਿੱਥੇ ਇੰਟਰਸਟ ਆ ਸਾਰੇ ਪਰਸਿਊ ਕਰਦੇ ਜਾਵਾਂਗੇ, ਅਤੇ ਇਹ ਵੀ ਨਹੀਂ ਹੈਗਾ ਵੀ ਅੱਡ ਅੱਡ ਲਾਈਨਾਂ 'ਚ ਹੱਥ ਪਾਵਾਂਗੇ, ਠੀਕ ਆ। ਸਾਰੀਆਂ ਲਾਈਨਾਂ ਇੱਕ ਦੂਜੇ ਨਾਲ ਜੁੜੀਆਂ ਹੋਣਗੀਆਂ, ਸਾਰੇ ਬਿਜ਼ਨਸ ਜਿਹੜੇ ਆਪਾਂ ਸਟਾਰਟ ਕਰਾਂਗੇ ਇੱਕ ਦੂਜੇ ਨਾਲ ਜੁੜੇ ਹੋਵਾਂਗੇ, ਅਤੇ ਉਵੇਂ ਸਟਾਰਟ ਕਰਾਂਗੇ, ਕਿਉਂਕਿ ਜੇ ਇੱਕ ਹੱਥ ਇੱਧਰ ਪਾ ਲਿਆ, ਇੱਕ ਉੱਧਰ ਪਾ ਲਿਆ, ਕੁਛ ਨਹੀਂ ਹੋਊਗਾ, ਠੀਕ ਆ, ਉਹ ਬਹੁਤ ਔਖਾ ਹੋ ਜਾਊਗਾ ਚਲਾਉਣਾ ਕਰਨਾ। ਤਾਂ ਆਏ ਆ ਵੀ ਜਿਹਨੇ ਵੀ ਕੰਮ ਲਿੰਕਡ ਨੇ ਨਾ ਆਪਣੇ ਕੰਮ ਦੇ ਨਾਲ, ਉਹ ਸਾਰੇ ਕਰਨੇ ਨੇ। ਹੁਣ ਜਿਵੇਂ ਸਪੋਜ਼ ਕਰੋ ਆਪਾਂ ਦੁੱਧ ਦਾ ਕੰਮ ਕਰਦੇ ਹਾਂ, ਫਿਰ ਮੈਂ ਇਸ ਤਰ੍ਹਾਂ ਤਿਆਰ ਕਰਕੇ ਵੇਚਣ ਦਾ, ਫਿਰ ਬੁੱਲ ਤਿਆਰ ਕਰਕੇ ਵੇਚਣ ਦਾ, ਜਾਂ ਸੀਮਨ ਵੇਚਣ ਦਾ, ਫਿਰ ਸਾਈਲੇਜ ਵੇਚਣ ਦਾ, ਠੀਕ ਆ, ਫਿਰ ਆਪਣਾ ਖਲ ਵੇਚਣ ਦਾ, ਦਾਣਾ ਵੇਚਣ ਦਾ, ਫਿਰ ਜੇ ਹੋਇਆ ਤਾਂ ਮਿਨਰਲ ਮਿਕਸਚਰ ਅਤੇ ਕੈਲਸ਼ੀਅਮ ਵਗੈਰਾ ਵੀ ਬਣਾ ਲਾਂਗੇ, ਕਿਉਂ ਨਹੀਂ ਬਣਾ ਸਕਦੇ ਜੇ ਆਪਣੇ ਕੰਮ ਨਾਲ ਲਿੰਕਡ ਕੰਮ ਆ। ਪਹਿਲਾਂ ਆਪਣੇ ਵਾਸਤੇ ਯੂਜ਼ ਕਰਾਂਗੇ, ਫਿਰ ਲੋਕਾਂ ਨੂੰ ਵੇਚਣ ਨੂੰ ਦੇਵਾਂਗੇ, ਲੋਕਾਂ ਨੂੰ ਖਰੀਦਣ ਨੂੰ ਦੇਵਾਂਗੇ, ਠੀਕ ਆ, ਉਹ ਕੰਮ ਹੋਜੂਗਾ, ਵਰਮੀ ਕੰਪੋਸਟ ਦਾ ਕੰਮ ਹੋਜੂਗਾ। ਤਾਂ ਇਹ ਸਾਰੇ ਕੰਮ ਹੋ ਗਏ ਆਪਣੇ ਡੇਅਰੀ ਫਾਰਮ ਤੋਂ ਨਿਕਲੇ ਹੋਏ, ਫਿਰ ਖੇਤੀ ਨੂੰ ਵਧੀਆ ਲੈਵਲ 'ਤੇ ਲੈ ਜਾਂਗੇ, ਔਰਗੈਨਿਕ ਫਾਰਮਿੰਗ, ਆਪਣੀਆਂ ਦੁਕਾਨਾਂ 'ਤੇ ਖੇਤੀ ਦੀ ਫਸਲ ਵੀ ਸਿੱਧੀ ਵੇਚ ਸਕਦੇ ਹਾਂ ਕਸਟਮਰਸ ਨੂੰ, ਠੀਕ ਆ। ਉਹ ਤੋਂ ਬਾਅਦ ਜਿਹੜੀ ਆਪਣੀ ਇੱਧਰਲੀ ਸਾਈਡ ਆ, ਦੁੱਧ ਵਾਲੀ ਸਾਈਡ, ਦੁਕਾਨਾਂ ਵਾਲੀ ਸਾਈਡ ਆ, ਉਧਰ ਦੁੱਧ ਵੇਚਾਂਗੇ, ਮਿਠਾਈਆਂ ਵੇਚਾਂਗੇ, ਰੈਸਟੋਰੈਂਟ 'ਚ ਲੈ ਜਾਂਗੇ, ਫਿਰ ਉਹ ਦੁਕਾਨਾਂ ਨੂੰ ਬੜਾ ਕਰ ਲਾਂਗੇ, ਫਿਰ ਜਿਹੜਾ ਪ੍ਰੋਟੀਨ ਵਾਲੀ ਸਾਈਡ ਆ, ਸਪਲੀਮੈਂਟ ਵਾਲੀ ਸਾਈਡ ਆ, ਫਿਟਨੈਸ ਵਾਲੀ ਸਾਈਡ ਆ, ਉਹਦੇ 'ਚ ਵੀ ਆ ਜਾਂਗੇ, ਕਿਉਂਕਿ ਉਹ ਵੀ ਜੁੜਿਆ ਹੋਇਆ, ਵੇ ਪ੍ਰੋਟੀਨ ਮਤਲਬ ਵੀ ਦੁੱਧ ਤੋਂ ਹੀ ਬਣਦਾ, ਠੀਕ ਆ, ਦੁੱਧ ਤੋਂ ਹੀ ਨਿਕਲ ਕੇ ਆਉਂਦਾ, ਤਾਂ ਉਹ ਵੀ ਆਪਣੀ ਲਾਈਨ ਨਾਲ ਜੁੜੀ ਹੋਈ ਲਾਈਨ, ਉੱਧਰ ਕਿਉਂ ਨਹੀਂ ਜਾ ਸਕਦੇ ਹੈਗੇ ਆਪਾਂ? ਤਾਂ ਬਹੁਤ ਬੜੇ ਵਿਜ਼ਨ ਨੇ, ਅਤੇ ਜੇ ਤੁਸੀਂ ਸੁਣ ਰਹੇ ਹੋ, ਤੁਹਾਨੂੰ ਲੱਗਦਾ ਵੀ ਮੈਂ ਛੱਡ ਰਿਹਾ, ਠੀਕ ਆ, ਗੱਪਾਂ ਮਾਰ ਰਿਹਾ, ਛੇਕ ਚਿੱਲੀਆਂ, ਸਭ ਕੁਛ ਆ, ਕੋਈ ਚੱਕਰ ਨਹੀਂ, ਠੀਕ ਆ, ਤੁਹਾਡੀ ਖੁਸ਼ੀ, ਜੋ ਮੰਨਣਾ ਮੰਨ ਲਓ, ਪਰ ਨਾ ਜ਼ਿੰਦਗੀ 'ਚ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ, ਹਰ ਬੰਦੇ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ, ਠੀਕ ਆ। ਜੇ ਤੁਸੀਂ ਕਿਸੇ ਬੰਦੇ ਦੀ ਗੱਲ ਸੁਣ ਕੇ ਨਾ ਐਂ ਕਹਿਤਾ ਵੀ ਉਹੀ ਮਾਰੀ ਜਾਂਦਾ, ਤੁਸੀਂ ਜ਼ਿੰਦਗੀ 'ਚ ਕਦੇ ਕੁਛ ਸਿੱਖ ਨਹੀਂ ਸਕਦੇ। ਤੁਸੀਂ ਭਾਵੇਂ ਉਹਨੂੰ ਝੂਠ ਹੀ ਮੰਨ ਲਓ, ਪਰ ਉਹ 'ਚੋਂ ਸਿੱਖੋ ਤਾਂ ਸਹੀ ਵੀ ਅੱਛਾ ਇਹ ਆਈਡੀਆਜ਼ ਨੇ, ਇਹ ਮੈਂ ਵੀ ਅਪਲਾਈ ਕਰ ਸਕਦਾ। ਹਰ ਬੰਦੇ ਦੀ ਗੱਲਾਂ 'ਚੋਂ ਵਧੀਆ ਆਈਡੀਆਜ਼ ਨਿਕਲ ਕੇ ਆਉਣਗੇ, ਠੀਕ ਆ। ਕੋਈ ਬੰਦਾ ਮਾੜੀਆਂ ਚੀਜ਼ਾਂ ਕਰ ਰਿਹਾ ਤਾਂ ਉਹ ਤੋਂ ਸਿੱਖਣ ਨੂੰ ਮਿਲਦਾ ਵੀ ਇਹ ਚੀਜ਼ਾਂ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਕਰਨੀਆਂ, ਅਤੇ ਕੋਈ ਬੰਦਾ ਕੋਈ ਵਧੀਆ ਚੀਜ਼ਾਂ ਕਰ ਰਿਹਾ ਤਾਂ ਉਹ ਤੋਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਵੀ ਇਹ ਚੀਜ਼ਾਂ ਮੈਂ ਵੀ ਜ਼ਿੰਦਗੀ 'ਚ ਕਰ ਸਕਦਾ। ਤਾਂ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਨਾ, ਕੋਈ ਹਵਾਈ ਗੱਲਾਂ ਨਹੀਂ ਹੈਗੀਆਂ, ਠੀਕ ਆ, ਸਾਰੇ ਕੰਮ ਨਾਲ ਜੁੜੇ ਹੋਏ ਕੰਮ ਨੇ ਅਤੇ ਲੋਕ ਕਰ ਰਹੇ ਨੇ। ਤਾਂ ਆਪਣਾ ਥੋੜ੍ਹਾ ਦਿਮਾਗ ਆਪਾਂ ਖੋਲ੍ਹ ਲਈਏ, ਨਫ਼ਰਤ ਤੋਂ ਥੋੜ੍ਹਾ ਹੇਠ ਤੋਂ ਉੱਤੇ ਉੱਠ ਕੇ ਆ ਜਾਈਏ, ਅਤੇ ਉਹ ਆਈਡੀਆਜ਼ ਨੂੰ ਥੋੜ੍ਹਾ ਸੋਚ ਕੇ ਦੇਖੀਏ ਵੀ ਹਾਂ ਵੀ ਦੁੱਧ ਵਾਲਾ ਕੰਮ ਵਧੀਆ, ਮੈਸਾਂ ਤਿਆਰ ਕਰਕੇ ਵੇਚਣ ਵਾਲਾ ਕੰਮ ਵਧੀਆ, ਝੋਟੇ ਵੇਚਣ ਵਾਲਾ ਕੰਮ ਵਧੀਆ, ਸੀਮਨ ਤਿਆਰ ਕਰਨ ਵਾਲਾ ਕੰਮ ਵਧੀਆ, ਖਾਲ ਵਾਲਾ ਕੰਮ ਵਧੀਆ, ਦਾਣੇ ਵਾਲਾ ਕੰਮ ਵਧੀਆ, ਸਾਈਲੇਜ ਵਾਲਾ ਕੰਮ ਵਧੀਆ, ਵਰਮੀ ਕੰਪੋਸਟ ਵਾਲਾ ਕੰਮ ਵਧੀਆ, ਅਤੇ ਸਾਰੇ ਲੋਕ ਅੱਡ ਅੱਡ ਕੰਮ ਕਰਕੇ ਕਰੋੜਾਂਪਤੀ ਬਣੇ ਬੈਠੇ ਨੇ। ਅਤੇ ਸੋਚਿਓ ਜੀ ਆਪਾਂ ਸਾਰੇ ਕੰਮ ਇੱਕੋ ਬੰਦਾ ਕਰ ਰਿਹਾ ਤਾਂ ਸਾਰੇ ਕੰਮਾਂ ਨੂੰ ਬਹੁਤ ਬੜੇ ਲੈਵਲ 'ਤੇ ਲੈ ਗਏ, ਆਪਾਂ ਕਿੱਥੇ ਤੱਕ ਲੈ ਕੇ ਜਾ ਸਕਦੇ ਹਾਂ ਬਿਜ਼ਨਸ ਨੂੰ, ਠੀਕ ਆ। ਤਾਂ ਥੋੜ੍ਹਾ ਜਿਹਾ ਸੋਚ ਲਓ ਵੀ ਮੈਂ ਗੱਪ ਮਾਰ ਰਿਹਾ, ਸਭ ਕੁਛ ਕਰ ਰਿਹਾ, ਪਰ ਉਹ ਗੱਪ 'ਚੋਂ ਵੀ ਕੁਛ ਸਿੱਖੋ ਵੀ ਇਹ ਕੁਛ ਓਪਰਚੁਨਿਟੀਜ਼ ਹੈਗੀਆਂ ਨੇ, ਆਪਾਂ ਇਹ ਸਭ ਕੁਛ ਕਰ ਸਕਦੇ ਹਾਂ, ਠੀਕ ਆ। ਦੁਕਾਨਾਂ 'ਚ ਜੇ ਆਪਾਂ ਦੁੱਧ ਵੇਚ ਸਕਦੇ ਹਾਂ ਨਾ, ਤੁਹਾਡੇ ਕੋਲ ਦੁਕਾਨ 'ਤੇ ਰੋਜ਼ 400-500 ਬੰਦਾ ਆ ਰਿਹਾ ਦੁੱਧ ਲੈਣ ਵਾਸਤੇ, ਤਾਂ ਤੁਸੀਂ ਉਹਨੂੰ ਮਿਠਾਈ ਕਿਉਂ ਨਹੀਂ ਵੇਚ ਸਕਦੇ? ਜੇ 400-500 ਬੰਦਾ ਆ ਰਿਹਾ ਤਾਂ ਤੁਸੀਂ ਇਹਨੂੰ ਸਿਰਫ ਦੁੱਧ ਕਿਉਂ ਵੇਚਣਾ? ਤੁਸੀਂ ਉਹਨੂੰ ਹੋਰ ਚੀਜ਼ਾਂ ਕਿਉਂ ਨਹੀਂ ਵੇਚ ਸਕਦੇ? ਸਮੋਸੇ ਕਿਉਂ ਨਹੀਂ ਵੇਚ ਸਕਦੇ, ਠੀਕ ਆ, ਤੁਸੀਂ ਉਹਨੂੰ ਮਤਲਬ ਵੀ ਪਕੌੜੇ ਕਿਉਂ ਨਹੀਂ ਵੇਚ ਸਕਦੇ? ਤੁਸੀਂ ਉਹਨੂੰ ਗੋਲ ਗੱਪੇ ਕਿਉਂ ਨਹੀਂ ਵੇਚ ਸਕਦੇ? ਤੁਸੀਂ ਉਹਨੂੰ ਟਿੱਕੀਆਂ ਕਿਉਂ ਨਹੀਂ
ਤਾਂ ਇਹ ਆਪਣਾ ਵਿਜ਼ਨ ਆ ਵੀ ਡੇਅਰੀ ਫਾਰਮਿੰਗ ਨੂੰ ਅੱਗੇ ਐਂ ਲੈ ਕੇ ਜਾਣਾ, ਇਹ ਕੰਮ ਕਰ 'ਚ ਜਾਣਾ। ਬਾਕੀ ਇਹ ਚੈਨਲ ਦੇ ਉੱਤੇ ਤੁਹਾਨੂੰ ਸਾਰੀ ਅਪਡੇਟ ਮਿਲਦੀਆਂ ਤਾਂ ਰਹਿਣਗੀਆਂ, ਠੀਕ ਹੈ ਨਾ। ਮੈਂ ਅੱਜ ਤੱਕ ਜਿੰਨਾ ਕੁਛ ਕੀਤਾ, ਮਤਲਬ ਵੀ ਜਿੰਨੀ ਨੌਲੇਜ ਗੇਨ ਕੀਤੀ, ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ, ਅਤੇ ਅੱਗੇ ਵੀ ਕਰਦਾ ਰਹੂੰਗਾ ਇਹ ਚੈਨਲ 'ਤੇ, ਤਾਂ ਥੈਂਕ ਯੂ ਸੋ ਮੱਚ ਜੁੜਨ ਵਾਸਤੇ। ਗਿਰ ਗਿਆ ਸੀ ਮੈਂ, ਓਕੇ। ਥੈਂਕ ਯੂ ਸੋ ਮੱਚ ਚੈਨਲ 'ਤੇ ਜੁੜਨ ਵਾਸਤੇ, ਆਪਣੇ ਸਫ਼ਰ 'ਚ ਜੁੜਨ ਵਾਸਤੇ। ਥੈਂਕ ਯੂ ਸੋ ਮੱਚ ਇਹਨੂੰ ਸਪੋਰਟ ਦਿਖਾਉਣ ਵਾਸਤੇ। ਤੁਹਾਡੇ ਸਾਰਿਆਂ ਨੇ ਪਿਆਰ ਕਰਕੇ ਅੱਜ ਆਪਣੇ 42,000 ਸਬਸਕ੍ਰਾਈਬਰ ਹੋ ਗਏ, ਪਤਾ ਨਹੀਂ ਕਿੰਨੇ ਹੋ ਗਏ, ਅਤੇ ਥੈਂਕ ਯੂ ਸੋ ਮੱਚ, ਬਹੁਤ ਪਿਆਰ ਦਿੱਤਾ, ਦਿਲੋਂ ਧੰਨਵਾਦ ਆ। ਅਤੇ ਇੰਨੀ ਛੇਤੀ ਉਮੀਦ ਨਹੀਂ ਸੀਗੀ ਇੰਨਾ ਕੁਛ ਹੋਊਗਾ, ਸਿਰਫ ਤੁਹਾਡੇ ਪਿਆਰ ਕਰਕੇ ਹੋਇਆ। ਥੈਂਕ ਯੂ ਸੋ ਮੱਚ ਜਿਹੜੇ ਰੋਜ਼ ਦੇਖਦੇ ਨੇ, ਅਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ, ਅਤੇ ਤੁਹਾਡਾ ਕੀ ਵਿਜ਼ਨ ਆ ਮੈਨੂੰ ਕਮੈਂਟ 'ਚ ਦੱਸਿਓ ਵੀ ਤੁਸੀਂ ਕੀ ਕੰਮ ਕਰ ਰਹੇ ਹੋ ਅਤੇ ਕਿੱਥੇ ਤੱਕ ਉਹਨੂੰ ਲੈ ਕੇ ਜਾਣਾ ਚਾਹੁੰਦੇ ਹੋ। ਹਮੇਸ਼ਾ ਬੜਾ ਸੋਚੋ, ਠੀਕ ਹੈ ਨਾ, ਸੁਪਨਿਆਂ 'ਤੇ ਕੋਈ ਟੈਕਸ ਨਹੀਂ ਲੱਗਦਾ, ਜਿੰਨਾ ਬੜਾ ਸੋਚ ਸਕਦੇ ਹੋ ਉਨਾ ਸੋਚੋ, ਜਿੱਥੇ ਤੱਕ ਸੋਚ ਸਕਦੇ ਉੱਥੇ ਤੱਕ ਪਹੁੰਚ ਸਕਦੇ ਹੋ, ਗੱਲ ਖਤਮ। ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ, ਨਵੇਂ ਆਏ ਹੋ, ਤਾਂ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਵਾਸਤੇ, ਥੈਂਕ ਯੂ ਜੀ।